press the bell icon and never miss any update from WhatsApp Bollywood. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਾਰਾ ਗੁਰਪਾਲ ਤੇ ਮੈਂ ਸਿਰਫ ਇਹ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਿਸ ਡਿਗਨਿਟੀ ਨਾਲ ਮੈਂ ਗਈ ਸੀ ਉਹ ਡਿਗਨਿਟੀ ਨਾਲ ਮੈਂ ਵਾਪਸ ਆਈ ਹਾਂ। ਜੇ ਤੁਸੀਂ ਗੱਲ ਕਰੋ ਜਨਤਾ ਅਤੇ ਆਵਾਮ ਦੀ, ਉਹਨਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਹੈ ਕਿਉਂਕਿ ਜਿੱਦਾਂ ਹੀ ਮੈਂ ਵਾਪਸ ਆਈ ਹਾਂ ਮੈਂ ਸਭ ਕੁਝ ਦੇਖ ਰਹੀ ਹਾਂ, ਆਮ ਲੁਕਿੰਗ ਐਟ ਐਵਰੀਥਿੰਗ ਐਂਡ ਆਮ ਓਵਰਵੈਲਮਡ ਵਿਦ ਐਵਰੀਥਿੰਗ ਦੈਟ ਇਜ਼ ਹੈਪਨਿੰਗ। ਮੇਰੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਬਹੁਤ ਅਨਫੇਅਰ ਸੀਗਾ ਕਿਉਂਕਿ ਜੇ ਜਨਤਾ ਮੈਨੂੰ ਅਗਰ ਜਨਤਾ ਨੇ ਮੈਨੂੰ ਨਿਕਾਲਣਾ ਤਾਂ ਮੈਂ ਖੁਸ਼ ਹੋਤੀ ਕਿ ਚਲੋ ਮੇਰੀ ਪਰਸਨੈਲਿਟੀ ਨਹੀਂ ਐਸੀ ਹੈ, ਆਈ ਚੇਂਜ ਮਾਈ ਪਰਸਨੈਲਿਟੀ ਜਾਂ ਕੁਛ ਵੀ, ਪਰ ਜਨਤਾ ਕੋ ਮੇਰੀ ਪਰਸਨੈਲਿਟੀ ਅੱਛੀ ਲੱਗ ਰਹੀ ਥੀ, ਨੇਸ਼ਨ ਕੋ ਮੇਰੀ ਪਰਸਨੈਲਿਟੀ ਅੱਛੀ ਲੱਗ ਰਹੀ ਥੀ। ਉਸਕੇ ਬਾਅਦ ਅਗਰ ਇੱਕ ਇਨਸਾਨ ਕੀ ਵਜ੍ਹਾ ਸੇ ਅਗਰ ਇਹ ਚੀਜ਼ ਹੋਤੀ ਹੈ ਤੋ ਦੈਟ ਇਜ਼ ਟੋਟਲੀ ਅਨਫੇਅਰ ਐਂਡ ਆਈ ਰੀਲੀ ਰੀਲੀ ਅਸੈਪਟਿਡ। ਮੈਨੇ ਟਾਸਕ ਸੇ ਲੈ ਕੇ ਹਰ ਚੀਜ਼ ਕੀ, ਘਰ ਕਾ ਕਾਮ ਹੋਇਆ ਕੁਛ ਵੀ, ਐਂਡ ਆਈ ਐਮ ਵੈਰੀ ਪ੍ਰਾਊਡ ਆਫ ਇਟ। ਬਟ ਜੋ ਵੀ ਹੁਆ ਹੀਨਾ ਐਂਡ ਗੋ ਹਰਮਨ ਆਲਸੋ अगेंस्ट इट, वो नहीं चाहते थे ऐसा, बट एक इंसान की अगर चलती है तो आई कुडंट से एनीथिंग बिकॉज बिग बॉस का फरमान था कि सीनियर्स ये डिसीजन लेंगे और सीनियर ही ये चीज़ करेंगे, तो दिस इज़ फाइन। अगर जनता की बात करें, ये जनता का शो है, रियलिटी शो है, इंडिया का नंबर वन शो है, अगर वो मुझे कुछ कहते तो मुझे खुशी होती, बट इट जस्ट अबाउट वन पर्सन। एनी वेज लाइफ इज़ प्रीटी अनफेयर बट यू गॉट बी स्ट्रांग। जो बाहर निकल के मुझे प्यार और ये चीज़ें दिखी आप लोगों की, I can't thank you enough. This is overwhelming and I really wish ki is cheez ka jawab mile sabko. And game must go on.